ਕਰੋਨਾ ਮਹਾਮਾਰੀ ਦੇ ਚੱਲਦਿਆਂ ਜਿੱਥੇ ਬਹੁਤ ਸਾਰੀਆਂ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਲੋੜਵੰਦਾਂ ਦੀ ਹਰ ਪੱਖੋਂ ਮਦਦ ਕਰ ਰਹੀਆਂ ਹਨ, ਉੱਥੇ ਹਰ ਆਮ ਆਦਮੀ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਇਸੇ ਲੜੀ ਤਹਿਤ ਚੌਂਕੀ ਭੂੰਦੜੀ ਦੇ ਇੰਚਾਰਜ ਸਰਦਾਰ ਰਮਨਪ੍ਰੀਤ ਸਿੰਘ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਉਹਨਾਂ ਵੱਲੋਂ ਲੋੜਵੰਦਾਂ ਨੂੰ ਮਾਸਕ ਵੰਡੇ ਜਾ ਰਹੇ ਹਨ ਅਤੇ ਮਦਦ ਵੀ ਕੀਤੀ ਜਾ ਰਹੀ ਹੈ। मैं ते मेरी समूह टीम ने मंडी दे विच पल्लेदारां जां जो भी उत्थे सीगे बंदे जिन्होंने मास्क नहीं लगाए गए सीगे मूँह ते उन्होंने मास्क दिते सीगे तां कि बीमारी तो बचण दे लई दिते गए सीगे। लोगों नूं अपील इही है कि घरां विच रहण ताकि सुरक्षित रहणगे ते मूँह ते हत्थ सैनिटाइजर लगाउण, मूँह ते मास्क लगाउण। धन्यवाद।